ਕਾਰ ਤੋਂ ਮੈਂ ਮੋਟਰਸਾਈਕਲ ਤੇ ਆ ਗਿਆ ਹੁਣ ਮੋਟਰਸਾਈਕਲ ਚਲਾਉਣ ਲਿਆ ਕਾਰ ਤੋਂ ਮੋਟਰਸਾਈਕਲ ਤੇ ਆ ਗਿਆ ਸ਼ਾਇਦ ਮੋਟਰਸਾਈਕਲ ਤੋਂ ਗਾਂ ਸਾਈਕਲ ਤੇ ਵੀ ਹੋ ਜਾਏ ਤੇ ਪੈਦਲ ਵੀ ਹੋ ਜਾਏ ਕੰਮ ਆਮ ਬੰਦਾ ਤਾਂ ਰੋਟੀ ਨਹੀਂ ਖਾ ਸਕਦਾ ਹੋਰ ਕੀ ਕਰਨਾ ਆਪਣੇ ਕੰਮ ਆ ਜੀ ਮੋਦੀ ਸਰਕਾਰ ਦੇ ਜਾਂ ਪੰਜਾਬ ਸਰਕਾਰ ਦੇ ਜੀ ਟੈਕਸ ਬਹੁਤ ਲੱਗ ਰਿਹਾ ਜੀ ਪਿੱਛੋਂ ਤੇਲ 34 ਰੁਪਈਏ ਲੀਟਰ ਮਿਲਦਾ ਜੀ ਟੈਕਸ ਪੰਜਾਬ ਸਰਕਾਰ ਪਾਈ ਹੈ 27 ਰੁਪਈਏ 26-27 ਰੁਪਈਏ ਕੇਂਦਰ ਸਰਕਾਰ ਪਾਈ ਜਾਂਦੀ ਹੈ ਜੀ ਇਹ ਤਾਂ ਲੋਕਾਂ ਨੂੰ ਆਪਦੇ ਕੰਟਰੋਲ ਹੀ ਕਰਨਾ ਚਾਹੀਦਾ ਘੱਟ ਤੋਂ ਘੱਟ ਬਚਾਉਣਾ ਚਾਹੀਦਾ ਜੀ ਸਰਕਾਰ ਤਾਂ ਆਪਦੇ ਕਿਸਾਨ ਅੰਦੋਲਨ ਵਿੱਚ ਉਲਝੀ ਪਈ ਹੈ ਜੀ ਉਹ ਮਸਲਾ ਹੱਲ ਹੋਊਗਾ ਤਾਂ ਫਿਰ ਸਰਕਾਰ ਦੇ ਧਿਆਨ ਹੋ ਜਾਣਾ ਜੀ ਚੁਣਾਵ ਵੀ ਚੱਲ ਰਹੇ ਹੈਗੇ ਆ ਬਾਕੀ ਸਟੇਟਾਂ ਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਕਿ ਲੋਕਾਂ ਵਾਸਤੇ ਜਿਹੜੀ ਮਹਿੰਗਾਈ ਜਿਹੜੀ ਆ ਜ਼ਿਆਦਾ ਇੰਪੋਰਟੈਂਟ ਹੈ ਕਿ ਮਹਿੰਗਾਈ ਵੱਧ ਰਹੀ ਹੈਗੀ ਸਰਕਾਰ ਨੂੰ ਘੱਟ ਕਰਨਾ ਚਾਹੀਦਾ ਕਰਨਾ ਤਾਂ ਘੱਟ ਚਾਹੀਦਾ ਜੀ ਪਰ ਸਰਕਾਰਾਂ ਨਹੀਂ ਕਰਦੀਆਂ ਜੀ ਸਰਕਾਰਾਂ ਨੂੰ ਆਮਦਨੀ ਇਸੇ ਕੰਮ 'ਤੇ ਸਰਕਾਰ ਚੱਲਦੀ ਹੈ ਜੀ ਸ਼ਰਾਬ ਤੋਂ ਅਤੇ ਤੇਲ ਤੋਂ ਚੱਲਦੀ ਸਰਕਾਰ ਜੀ ਹੋਰ ਕੋਈ ਸਰਕਾਰ ਦੇ ਕੋਲ ਬੋਝ ਤਾਂ ਬਹੁਤ ਪਿਆ ਜੀ ਜਿੱਥੇ ਅੱਗੇ ਤੇਲ 7000 ਲੀਟਰ ਦਿਨ 'ਤੇ ਵਿਕਦਾ ਹੈਗਾ ਉੱਥੇ ਉਹਨੂੰ 5500-6000 ਲੀਟਰ ਵਿਕਦਾ ਜੀ 1000 ਰੁਪਏ ਲੀਟਰ ਘੱਟ 1000 ਲੀਟਰ ਇੱਕ ਦਿਨ ਦਾ ਸੀਲ ਘੱਟ ਗਿਆ ਜੀ ਸਭ ਧੱਕਾ ਕਰ ਰਹੀ ਹੈ ਸਭ ਕੁਛ ਬਸ ਆਪਣਾ ਆਪਣੇ ਘਰ ਦੇ ਸਾਰੇ ਖਜ਼ਾਨੇ ਭਰ ਰਹੀ ਹੈ ਅਤੇ ਸਾਰੀ ਜੇਬਾਂ 'ਚੋਂ ਟੈਕਸ ਲੈ ਕੇ ਸਾਰੇ ਹਾਂਜੀ ਹਾਂਜੀ ਜ਼ਰੂਰ ਦੇਖਣਾ ਚਾਹੀਦਾ ਜੀ ਤੋਂ ਮੈਂ ਮੋਟਰਸਾਈਕਲ ਤੇ ਆ ਗਿਆ ਹੁਣ ਮੋਟਰਸਾਈਕਲ ਚਲਾਉਣ ਲਿਆ ਸ਼ਾਇਦ ਮੋਟਰਸਾਈਕਲ ਤੋਂ ਗਾਂ ਸਾਈਕਲ ਤੇ ਵੀ ਹੋ ਜਾਏ ਤੇ ਪੈਦਲ ਵੀ ਹੋ ਜਾਏ ਕੰਮ ਆਮ ਬੰਦਾ ਤਾਂ ਰੋਟੀ ਨਹੀਂ ਖਾ ਸਕਦਾ ਹੋਰ ਕੀ ਕਰਨਾ ਆਪਣੇ ਕੰਮ ਆ ਜੀ ਮੋਦੀ ਸਰਕਾਰ ਦੇ ਜਾਂ ਪੰਜਾਬ ਸਰਕਾਰ ਦੇ ਜੀ ਟੈਕਸ ਬਹੁਤ ਲੱਗ ਰਿਹਾ ਜੀ ਪਿੱਛੋਂ ਤੇਲ 34 ਰੁਪਈਏ ਲੀਟਰ ਮਿਲਦਾ ਜੀ ਟੈਕਸ ਪੰਜਾਬ ਸਰਕਾਰ ਪਾਈ ਹੈ 27 ਰੁਪਈਏ 26-27 ਰੁਪਈਏ ਕੇਂਦਰ ਸਰਕਾਰ ਪਾਈ ਜਾਂਦੀ ਹੈ ਜੀ ਇਹ ਤਾਂ ਲੋਕਾਂ ਨੂੰ ਆਪਦੇ ਕੰਟਰੋਲ ਹੀ ਕਰਨਾ ਚਾਹੀਦਾ ਘੱਟ ਤੋਂ ਘੱਟ ਬਚਾਉਣਾ ਚਾਹੀਦਾ ਜੀ ਸਰਕਾਰ ਤਾਂ ਆਪਦੇ ਕਿਸਾਨ ਅੰਦੋਲਨ ਵਿੱਚ ਉਲਝੀ ਪਈ ਹੈ ਜੀ ਉਹ ਮਸਲਾ ਹੱਲ ਹੋਊਗਾ ਤਾਂ ਫਿਰ ਸਰਕਾਰ ਦੇ ਧਿਆਨ ਹੋ ਜਾਣਾ ਜੀ ਚੁਣਾਵ ਵੀ ਚੱਲ ਰਹੇ ਹੈਗੇ ਆ ਬਾਕੀ ਸਟੇਟਾਂ ਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਕਿ ਲੋਕਾਂ ਵਾਸਤੇ ਜਿਹੜੀ ਮਹਿੰਗਾਈ ਜਿਹੜੀ ਆ ਜ਼ਿਆਦਾ ਇੰਪੋਰਟੈਂਟ ਹੈ ਕਿ ਮਹਿੰਗਾਈ ਵੱਧ ਰਹੀ ਹੈਗੀ ਸਰਕਾਰ ਨੂੰ ਘੱਟ ਕਰਨਾ ਚਾਹੀਦਾ ਕਰਨਾ ਤਾਂ ਘੱਟ ਚਾਹੀਦਾ ਜੀ ਪਰ ਸਰਕਾਰਾਂ ਨਹੀਂ ਕਰਦੀਆਂ ਜੀ ਸਰਕਾਰਾਂ ਨੂੰ ਆਮਦਨੀ ਇਸੇ ਕੰਮ 'ਤੇ ਸਰਕਾਰ ਚੱਲਦੀ ਹੈ ਜੀ ਸ਼ਰਾਬ ਤੋਂ ਅਤੇ ਤੇਲ ਤੋਂ ਚੱਲਦੀ ਸਰਕਾਰ ਜੀ ਹੋਰ ਕੋਈ ਸਰਕਾਰ ਦੇ ਕੋਲ ਬੋਝ ਤਾਂ ਬਹੁਤ ਪਿਆ ਜੀ ਜਿੱਥੇ ਅੱਗੇ ਤੇਲ 7000 ਲੀਟਰ ਦਿਨ 'ਤੇ ਵਿਕਦਾ ਹੈਗਾ ਉੱਥੇ ਉਹਨੂੰ 5500-6000 ਲੀਟਰ ਵਿਕਦਾ ਜੀ 1000 ਰੁਪਏ ਲੀਟਰ ਘੱਟ 1000 ਲੀਟਰ ਇੱਕ ਦਿਨ ਦਾ ਸੀਲ ਘੱਟ ਗਿਆ ਜੀ ਸਭ ਧੱਕਾ ਕਰ ਰਹੀ ਹੈ ਸਭ ਕੁਛ ਬਸ ਆਪਣਾ ਆਪਣੇ ਘਰ ਦੇ ਸਾਰੇ ਖਜ਼ਾਨੇ ਭਰ ਰਹੀ ਹੈ ਅਤੇ ਸਾਰੀ ਜੇਬਾਂ 'ਚੋਂ ਟੈਕਸ ਲੈ ਕੇ ਸਾਰੇ ਹਾਂਜੀ ਹਾਂਜੀ ਜ਼ਰੂਰ ਦੇਖਣਾ ਚਾਹੀਦਾ ਜੀ